ਕਿਹਾ ਦੋਸਤੋ ਕੀ ਹਾਲ ਚਾਲ ਮੇਰਾ ਸੰਦੀਪ ਵੈਲਕਮ ਟੂ ਮਾਈ ਚੈਨਲ ਸੋ ਸਾਰਿਆਂ ਥੈਂਕ ਯੂ ਵੀਡੀਓ ਨੂੰ ਲਾਈਕ ਕਰ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਵਧੀਆ ਵਧੀਆ ਵੀਡੀਓਜ਼ ਰਿਕਮੈਂਡ ਕਰ ਰਹੇ ਹੋ ਇਹਨਾਂ ਪਿਆਰ ਅਤੇ ਇਹਨਾਂ ਸਪੋਰਟ ਲਈ ਥੈਂਕਸ ਸੋ ਇੰਜੀ ਸਪੋਰਟ ਦਿੰਦੇ ਰਹੋ ਪਿਆਰ ਕਰਦੇ ਰਹੋ ਅਤੇ ਯਾਰ ਪਲੀਜ਼ ਲਾਈਕ ਅਤੇ ਕਮੈਂਟ ਕਰਦਿਆ ਕਰੋ ਕਮੈਂਟ ਕਰ ਦਿਓ ਅਤੇ ਪਤਾ ਲੱਗਦਾ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀ ਕਿ ਨਹੀਂ ਆ ਰਹੀਆਂ ਅਤੇ ਲਾਈਕ ਨਾਲ ਮੋਟੀਵੇਸ਼ਨ ਮਿਲਦੀ ਹੈ ਅਤੇ ਬਾਕੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਸੀਂ ਮੇਰੀ ਕੋਈ ਵੀਡੀਓ ਮਿਸ ਨਹੀਂ ਕਰੋਗੇ ਸੋ ਗਾਇਸ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਕਮੈਂਟ ਆਫ ਦਾ ਡੇ ਪੜ੍ਹੀਦਾ ਸੋ ਕਮੈਂਟ ਆਫ ਦਾ ਡੇ ਹੈ ਜੀ ਮਾਸ ਪਟੇਲ ਸੋ ਥੈਂਕ ਯੂ ਤੁਸੀਂ ਟਾਈਮ ਕੱਢ ਕੇ ਵੀਡੀਓ 'ਤੇ ਕਮੈਂਟ ਕੀਤਾ ਅਤੇ ਸਾਡੀ ਵੀਡੀਓ ਨੂੰ ਸਪੋਰਟ ਕਰ ਰਹੇ ਹੋ ਅਤੇ ਇੰਝ ਸਪੋਰਟ ਦਿੰਦੇ ਰਹੋ ਅਤੇ ਪਿਆਰ ਕਰਦੇ ਰਹੋ ਸ਼ਾਊਟ ਆਊਟ ਟੂ ਯੂ ਸੋ ਗਾਇਸ ਅੱਜ ਜਿਹੜੀ ਵੀਡੀਓ ਹੈ ਤੁਸੀਂ ਵੀਡੀਓ ਦਾ ਟਾਈਟਲ ਵੀ ਪੜ੍ਹ ਲਿਆ ਹੋਣਾ ਸਾਡੇ ਸਬਸਕ੍ਰਾਈਬਰ ਨੇ ਸਪੈਸ਼ਲ ਈਮੇਲ ਕੀਤੀ ਅਤੇ ਈਮੇਲ ਨਹੀਂ ਸੱਚ ਇੰਸਟਾਗ੍ਰਾਮ 'ਤੇ ਮੈਸੇਜ ਆਇਆ ਸੀ ਇਹਨਾਂ ਦਾ ਸੋ ਇਹਨਾਂ ਨੇ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੋ ਪਹਿਲਾਂ ਵੀ ਵੀਡੀਓਜ਼ 'ਤੇ ਕਾਫੀ ਰਿਕਮੈਂਡ ਕਰਦੇ ਆ ਸੋ ਇਹਨਾਂ ਨੇ ਰਿਕਮੈਂਡ ਕੀਤੀ ਅਤੇ ਸਪੋਰਟ ਕਰਦੇ ਆਪਣੇ ਵਧੀਆ ਵਧੀਆ ਕੋਈ ਯੂਟਿਊਬ 'ਤੇ ਜਿਹੜੀਆਂ ਵੀਡੀਓਜ਼ ਆਉਂਦੇ ਸਰਚ ਕਰਕੇ ਸਾਨੂੰ ਭੇਜਦੇ ਆ ਅਤੇ ਰਿਕਮੈਂਡ ਕਰਦੇ ਆ ਅਤੇ ਆਪਾਂ ਉਹਨਾਂ 'ਚੋਂ ਚੁਣ ਕੇ ਫਿਰ ਰਿਐਕਸ਼ਨ ਦੇਈਦਾ ਸੋ ਥੈਂਕ ਯੂ ਉਹਨਾਂ ਨੂੰ ਵੀ ਸੋ ਇੰਨੀ ਮਿਹਨਤ ਕਰਦੇ ਆ ਅਤੇ ਇੰਨਾ ਪਿਆਰ ਕਰ ਦੇ ਰਹੇ ਸਾਡੇ ਚੈਨਲ ਨੂੰ ਸੋ ਵੀਡੀਓ ਦਾ ਟਾਈਟਲ ਹੈ ਜੀ ਹਿੰਦੂ ਟੈਂਪਲ ਇਨ ਪਾਕਿਸਤਾਨ ਸੋ ਛੋਟਾ ਜਿਹਾ ਵਲੌਗ ਹੈ ਸੋ ਚੈਨਲ ਵੀ ਇਹਨਾਂ ਦਾ ਨਵਾਂ ਹੈ ਅਤੇ 2500 ਸਬਸਕ੍ਰਾਈਬਰ ਹੋਏ ਹੋਏ ਆ ਸੋ ਪਲੀਜ਼ ਇਹਨਾਂ ਦਾ ਚੈਨਲ ਜ਼ਰੂਰ ਸਪੋਰਟ ਕਰੋ ਅਤੇ ਇਹਨਾਂ ਦੇ ਜਿਹੜੀ ਵੀਡੀਓ ਦਾ ਓਰੀਜਨਲ ਲਿੰਕ ਡਿਸਕ੍ਰਿਪਸ਼ਨ 'ਚ ਆ ਉੱਥੇ ਜਾ ਕੇ ਤੁਸੀਂ ਇਹਨਾਂ ਚੈਨਲ ਸਪੋਰਟ ਕਰ ਸਕਦੇ ਹੋ ਅਤੇ ਉਹਨਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਕੀ ਚਲੋ ਵੀਡੀਓ ਵੇਖਦੇ ਹਾਂ ਅਤੇ ਬਾਕੀ ਰਿਐਕਸ਼ਨ ਦਿੰਦੇ ਹਾਂ ਵੀਡੀਓ ਤੋਂ ਬਾਅਦ ਲੈਟ ਸਟਾਰਟ ਹੈਲੋ ਅੱਜ ਮੇਰਾ ਡੇ 3 ਕਾ ਵਲੌਗ ਨੰਬਰ 3 ਹੈ ਅੱਜ ਮੈਂ ਕਿਸੀ ਮੰਦਰ ਜਾ ਰਹਾ ਹੂੰ ਕਿਉਂਕਿ ਬਹੁਤ ਸਾਰੇ ਇੰਡੀਅਨਸ ਭਾਈਓ ਨੇ ਮੁਝੇ ਬੋਲਾ ਥਾ ਕਿ ਆਪ ਮੰਦਰ ਕਾ ਵਲੌਗ ਬਣਾਏ ਮੰਦਰ ਕਾ ਵਲੌਗ ਬਣਾਏ ਤੋ ਅੱਜ ਮੰਦਰ ਜਾ ਰਹੇ ਹੈ ਅਭੀ ਰਾਤ ਕੇ 8 ਵਜੇ ਰਹੇ ਤੋ ਅਭੀ ਮੰਦਰ ਕੇ ਲਈ ਜਾਏਂਗੇ ਹਮ ਕੋਸ਼ਿਸ਼ ਕਰੇਂਗੇ ਕਿ ਵਹਾਂ ਰਿਕਾਰਡ ਕਰੇ ਵੀਡੀਓ ਕਿਉਂਕਿ ਉਹਨੇ ਪਹਿਲੇ ਵੀ ਕੈਮਰਾ ਲੈ ਕੇ ਗਏ ਥੇ ਮੰਦਰ ਤੋ ਵਹਾਂ ਕੈਮਰਾ ਅਲਾਊਡ ਨਹੀਂ ਥਾ ਤੋ ਹਮਾਰੀ ਸਾਰੀ ਵੀਡੀਓ ਖਤਮ ਹੋ ਗਈ ਅਭੀ ਹਮ ਫਿਰ ਸੇ ਅੱਜ ਟਰਾਈ ਕਰੇਂਗੇ ਅਗਰ ਨਹੀਂ ਬਣਾ ਤੋ ਛੋੜ ਦੇਣਾ ਮੁਝੇ ਮਾਫ ਕਰ ਦੇਣਾ ਮਗਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਵੀਡੀਓ ਬਣਾਉਣ ਕੀ ਤੋ ਚੱਲੀ ਮੰਦਰ ਪੂਜਾ ਕਰਕੇ ਆ ਰਹੇ ਹੈ ਅਭੀ ਹਮ ਅੰਦਰ ਜਾ ਰਹੇ ਹੈ ਯੇ ਪਾਕਿਸਤਾਨ ਕੀ ਸਬਸੇ ਬੜੀ ਸੇ ਬੜੀ ਬਿਲਡਿੰਗ ਕੇ ਸਾਹਮਣੇ ਮੰਦਿਰ ਹੈ ਯੇ ਮੰਦਿਰ ਅਭੀ ਇਸਕੇ ਅੰਦਰ ਜਾਏਂਗੇ ਦੁਆ ਕਰੋ ਕਿ ਕੈਮਰਾ ਅਲਾਊਡ ਹੋ ਅੰਦਰ ਚਲੋ ਚਲੋ ਯੇ ਮੈਂ ਤਾਂ ਦੀਪਕ ਬਾਈ ਆਈ ਨੀਡ ਯੂ ਸੋ ਆਲ ਜਸਟ ਟਾਕ ਸਲੋ ये अंडरग्राउंड मंदिर दीपक ਗਣੇਸ਼ ਭਗਵਾਨ ਕੀ ਮੂਰਤੀ ਗਣਪਤੀ ਪੱਪਾ ਮੋਰੀਆ
भजन होता है यहाँ पे। क्या बात, कोई इंटरव्यू लेंगे ये, आपको कोई प्रॉब्लम है यहाँ पे? जी नहीं, हमारे पाकिस्तान तो बड़ा खूबसूरत है, यहाँ के मंदिर भी बड़े खूबसूरत है, यहाँ की वजीर आलम हमारे इतना ख्याल करते हैं हमारे हिंदुओं का। मतलब आपको कोई तकलीफ तो नहीं है ना? हमें कोई तकलीफ नहीं भाई, नहीं है ना। इन भाई से बताओ, ये भाई यार, भाई जान हम लोग का ये मुल्क है पाकिस्तान, हम लोग हिंदू है तो क्या हुआ, हम लोग यहाँ पे शान से रहते, पाकिस्तान शान में रहते हो, शान से रहते हो ना। चलो बेस्ट भाई, हमारा पाकिस्तान जिंदाबाद, पाकिस्तान जिंदाबाद, पाकिस्तान मेरा भी हो, पाकिस्तान जिंदाबाद। हमने आपको मंदिर दिखाया और किसी कुछ बंदों से हमने आपको इंटरव्यू भी दिलाया। अगर आप मेरे चैनल पे नए हैं तो सब्सक्राइब कीजिए, और आज हमारा डे 3 का व्लॉग नंबर 3 कंप्लीट हुआ। कल हम जाएंगे कहीं में जाएंगे, उस वो आपको कल के व्लॉग में बताएंगे। तो बाय, नमस्ते। क्या बात है जी, वधिया ब्लॉग सी। तो वीडियो लिंक डिस्क्रिप्शन से उत्थे जाके उन्होंने चैनल जरूर सबसक्राइब करो, तो नवा चैनल है तो उन्होंने चैनल जरूर सपोर्ट करो। तो बाकी वधिया लगे यार वीडियो, तो बस जगह नहीं दसी किस जगह पर मंदिर बने हुआ है, तो वो नहीं दसी जगह, बट मंदिर बहुत सोहना बने हुआ सी, बहुत वधिया तरीके नाल सारी मूर्तियां रखी हुई सी, तो बहुत वधिया लगा यार। तो लंगर भी बन रहे मतलब बन रहे थे, सो काफ़ी वधिया लग्या, तो वह भी बड़ा वधिया लग्या कि जिदा इतने इंडिया में जिदा मंदिर होंगे तो बाहर दुकाना बनिया हुई हैं तो उत्थे भी बनी हुई हैं, सो वधिया लग्या यार, मैं काफ़ी वधिया वीडियो सी, तो मैं सारी मंदिर बहुत सोहना लग्या मैनू, तो भजन भी गा रहे थे तो वधिया लग्या। सो बस मैं क्या है कि मैं पता नहीं, मैं दस्या नहीं कि किस जगह पर है मंदिर। सो ब्लॉग तुसी अगर जिन्होंने पता जगह का, सो प्लीज कमेंट बॉक्स से जरूर दसना कि जगह पर है। सो बाकी वधिया लगे यार, तो थैंक यू सब्सक्राइबर जिन्होंने रिकमेंड किया, तो खुशी होंगी है कि सारे एक दूजे रिलीजन सपोर्ट कर रहे, तो वधिया लगता सारे प्यार ना रह रहे। सो चलो मिलते हैं अगली वीडियो, तो बाकी तुसी अगर मैं रिकमेंड करना चाहते हो तो कैंड वीडियो मैं इंस्टाग्राम ईमेल तो कमेंट बॉक्स से भी कर सकते हो। सो कमेंट बॉक्स से कभी कभी छुट जाती है, तुम इंस्टाग्राम से या ईमेल में कर सकते हो वीडियोस, आप जरूर वीडियो देख के उन्होंने रिएक्शन जरूर देंगे, क्योंकि कई वीडियोज कॉपीराइट का इशू होंगे तो आप अपलोड नहीं कर सकते, सानू परमिशन लेनी पैंती, तो कई बार परमिशन नहीं आती, तो सानू परमिशन नहीं आती, सो अभी रिएक्शन नहीं बना सकते। सो एक जी सपोर्ट देंदे रहो, प्यार करते रहो, मिलते हैं फिर अगली वीडियो। बाय बाय।